ना कोई ले सकता ना दे सकता। एक जपजी साहब दे भेटा जपजी साहब दे पाठ शुद्ध पाठ की भेटा गुरु हरगोबिंद सच्चे पातशाह दा गुरु नानक दी गुरियाई बख्श देण लगे सी सिख नूं। इन्ना वड्डा मान अदब ते सत्कार गुरमुख होया प्यारे साडा भी हाले ही होया फिरदा जदों असीं भी ग्रंथियां वाले पासे ते ख्याल ही नहीं करदे। 50 लाख करोड़ गुरुद्वारे ते ला देंगे संग मरमर सारी असीं मुकराणी दी मुकाती लिया लिया पंजाब दे किशनगढ़ दा पत्थर लिया लिया मुकरा मुकाता गुरुद्वारे ते करोड़ रुपया ला देंगे जदों रखना होगा उत्थे धर्म प्रचार ग्रंथी सिंह फिर पिंड दे सारे इकट्ठे होके कहणगे ग्रंथी रखना आपां रख लो 1500 वाला अपना ही हाल हुंदा करोड़ रुपया गुरुद्वारे ते लाता ग्रंथी लभ लो 500 वाला 1000 वाला लभ लो फिर 500-1000 वाला सुखमणी दे अर्थ नहीं सुनाउंदा सानू जपजी दे अर्थ नहीं सुनाउंदा फिर माफ करना कोई निष्काम होवे जिहदा परिवारक खेती बाड़ी जां बिजनेस व्यापार कोई हैगा उहदे परिवार दा खर्च चलदा गल वखरी आ। निष्काम होवे जां सब कुछ त्यागिया बस सेवा च लगे आ गल वखरी आ। ਉਹ ਜਿਹੜੇ ਦੋ ਜਵਾਕ ਆ ਸਕੂਲੇ ਪੜ੍ਹਦੇ ਆ 500-700 ਦੇ ਤੇ ਗੁਰਮੁਖ ਪਿਆਰੇ ਜਵਾਕਾਂ ਦੇ ਧੱਗੇ ਨੀ ਬਣਦੇ ਮਹੀਨੇ ਦੀਆਂ ਫੀਸਾਂ ਨੀ ਧਾਰ ਹੁੰਦੀਆਂ ਸਕੂਲਾਂ ਦੀਆਂ ਅਸੀਂ ਕਹਿੰਦੇ ਗਰੰਟੀ ਸਾਰਾ ਗੁਜ਼ਾਰਾ ਹੀ 500-1000 ਤੇ ਕਰੇ ਕੌਣ ਰਹੇਗਾ ਏਦਾਂ ਜਦੋਂ ਸਾਡਾ ਹੀ ਖਿਆਲ ਨੀ ਕਰੋੜਾਂ ਰੁਪਇਆ ਗੁਰਦੁਆਰੇ ਤੇ ਲਾਤਾ ਗਰੰਟੀ ਸਿੰਘ ਦੇ ਸਤਿਕਾਰ ਚ ਉਹਦੀ ਭੇਟਾ ਵਿੱਚ ਰੱਖ ਲਓ 500-700 ਫਿਰ ਅਸੀਂ ਉਹ ਮਹੀਨੇ 10 ਦਿਨਾਂ ਬਾਅਦ ਚਟਕਾਰੇ ਲੈ ਕੇ ਫਿਰ ਸੱਤਾਂ ਚ ਗੱਲਾਂ ਕਰਦੇ ਹਾਂ ਉਹ ਫਲਾਣਾ ਸਿੰਘ ਸੁਣਿਆ ਕੁਝ ਉਹ ਕਹਿੰਦਾ ਨਹੀਂ ਸੁਣਿਆ ਲੈ ਆਪਣੇ ਪਿੰਡ ਦਾ ਗ੍ਰੰਥੀ ਗੁਰਦੁਆਰੇ ਦੀ ਗੋਲਕ ਚੋਂ ਪੈਸੇ ਕੱਢਦਾ ਫੜਿਆ ਗਿਆ ਫਿਰ ਸਵਾਦ ਲੈ ਲੈ ਗੱਲਾਂ ਕਰਾਂਗੇ ਵੀ ਤੁਸੀਂ ਤੇ ਸੋਚਿਆ ਨੀ ਹੁਣ ਬਾਬੇ ਦੀ ਗੋਲਕ ਚੋਂ ਹੀ ਕੱਢੂਗਾ ਵੀ ਬਾਬਾ ਤੇਰੀ ਸੇਵਾ ਕਰਦਾ ਤੇ ਜਿੱਥੋਂ ਹੀ ਲੈਣੇ ਆ ਹੁਣ ਹੋਰ ਕਿਤੇ ਜਾਵਾ ਕਮੇਟੀ ਵਾਲੇ ਤੇ ਪਿੰਡ ਵਾਲੇ ਤੇ ਸੋਚਦੇ ਨੀ ਹੁਣ ਤੇ ਤੇਰੀ ਗੋਲਕ ਚੋਂ ਹੀ ਕੱਢੂਗਾ ਫਿਰ ਆਹ ਗੱਲਾਂ ਕਰਾਂਗੇ ਗੁਰਮੁਖ ਪਿਆਰਿਓ ਤੇ ਜੇ ਪਹਿਲਾਂ ਹੀ ਪ੍ਰਬੰਧ ਕਰ ਲਈਏ ਆਪਾਂ ਫਲਾਣੇ ਪਿੰਡ ਦਾ ਗ੍ਰੰਥੀ ਗੋਲਕ ਚੱਕ ਕੇ ਦੌੜ ਗਿਆ ਫਿਰ ਸਵਾਲ ਲੈ ਲੈ ਗੱਲਾਂ ਕਰਾਂਗੇ ਉਹ ਗੁਰਮੁਖੋ 500 ਦੇ ਜਵਾਕਾਂ ਦੇ ਧੱਗੇ ਨੀ ਬਣਦੇ ਸੀ ਕਹਿੰਦੇ ਗ੍ਰੰਥੀ ਸਾਰਾ ਖਰਚਾ ਕਰੇ ਅਸੀਂ ਵਿਦੇਸ਼ਾਂ 'ਚ ਦੇਖਿਆ ਸਾਈ ਮੱਤ ਦੇ ਪਾਦਰੀ ਉਹ ਸਭ ਤੋਂ ਪਹਿਲਾਂ ਗੁਰਮੁਖ ਪਿਆਰਿਓ ਪ੍ਰੀਸਟ ਦੀ ਡਿਗਰੀ ਦਿੰਦੇ ਪੜ੍ਹਾਈ ਕਰਾਉਂਦੇ ਆ ਉਹਨਾਂ ਚਿਰ ਕੋਈ ਕਿਸੇ ਚਰਚ ਦਾ ਪ੍ਰੀਸਟ ਨਹੀਂ ਲੱਗ ਸਕਦਾ ਪਹਿਲਾਂ ਉਹਦੀ ਪੜ੍ਹਾਈ ਹੁੰਦੀ ਆ ਉੱਚ ਕੋਟੀ ਦੀ ਵਿਦਿਆ ਫਿਰ ਉਹਦੀ ਉੱਚ ਕੋਟੀ ਦੀ ਤਨਖਾਹ ਵੱਡੇ ਅਫਸਰਾਂ ਜਿੰਨੀ ਗੁਰਮੁਖ ਪਿਆਰਿਓ ਉਹ ਦੇਖਦੇ ਆ ਈਸਾਈ ਮੱਤ ਦੇ ਲੋਕ ਕਹਿੰਦੇ ਸਾਡੇ ਜਿਹੜਾ ਚਰਚ ਦਾ ਪਾਦਰੀ ਲੱਗਣਾ ਪ੍ਰੀਸਟ ਲੱਗਣਾ ਇਹਦਾ ਘਰ ਸੋਹਣਾ ਹੋਵੇ ਇਹਦਾ ਘਰ ਪਰਿਵਾਰ ਚੰਗਾ ਹੋਵੇ ਇਹਦੇ ਕੋਲ ਕਾਰ ਚੰਗੀ ਸਾਧਨ ਚੰਗਾ ਹੋਵੇ ਕਿਉਂ ਕਹਿੰਦੇ ਤੇ ਮਨ ਚ ਕਦੇ ਇਹ ਨਾ ਆਵੇ ਉਹ ਦੇਖ ਮੈਂ ਤੇ ਰੱਬ ਦਾ ਭਗਤ ਆ ਤੇ ਮੇਰੇ ਕੋਲੇ ਘਰ ਚੰਗਾ ਨਹੀਂ ਆ ਮੈਂ ਮਹਾਰਾਜ ਦੀ ਸੇਵਾ ਕਰਦਾ ਰੱਬ ਦੀ ਸੇਵਾ ਮੈਂ ਗੋਡ ਦਾ ਪ੍ਰੀਸਟ ਪਾਦਰੀ ਆ ਮੇਰੇ ਕੋਲ ਕਾਰ ਚੰਗੀ ਨਹੀਂ ਆ ਕਹਿੰਦੇ ਇਹਦੇ ਮਨ ਵਿੱਚ ਇਹ ਗੱਲ ਨਾ ਆਵੇ ਇਹਦੇ ਸਾਰੇ ਸੁੱਖ ਦੇ ਸਾਧਨ ਇਹਦੇ ਕੋਲ ਹੋਣ ਇਹਦਾ ਧਿਆਨ ਦੂਜੇ ਪਾਸੇ ਨਾ ਇਹ ਬਸ ਗੋਡ ਦੀ ਗੱਲ ਕਰੇ ਇਹ ਸਾਈਅਤ ਦੀ ਗੱਲ ਕਰੇ ਜੱਸੂ ਦੀ ਗੱਲ ਕਰੇ ਉਹ ਆਪਣੇ ਪ੍ਰਚਾਰਕਾਂ ਦਾ ਇੱਦਾਂ ਦਾ ਖਿਆਲ ਰੱਖਦੇ ਆ ਸਾਡੀ ਕੌਮ ਦਾ ਕੀ ਹਾਲ ਆ ਅਕਾਲ ਤਖ਼ਤ ਸਾਹਿਬ ਉੱਥੇ ਹਰਿਮੰਦਰ ਸਾਹਿਬ ਅਸੀਂ ਮੱਥਾ ਟੇਕਣ ਗਏ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਦਰਬਾਰ ਢਾਡੀ ਜਥੇ ਲੱਗੇ ਹੋਏ ਤੇ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਦੇ ਮੱਥਾ ਟੇਕ ਕੇ ਢਾਡੀ ਸਿੰਘ ਸੁਣਨ ਲੱਗ ਗਏ ਤੇ ਜਿਹੜਾ ਢਾਡੀ ਸਿੰਘਾਂ ਦਾ ਪ੍ਰਚਾਰਕ ਬੜਾ ਸੋਹਣਾ ਪ੍ਰਚਾਰ ਕਰੇ ਸਾਰਾ ਜਥਾ ਬੜਾ ਚੜ੍ਹਦੀ ਕਲਾ ਵਾਲਾ ਤੇ ਜਦੋਂ ਅਸੀਂ ਉਹਦੇ ਅੰਦਰ ਦੇਖਿਆ ਵਿਚਾਰੇ ਦਾ ਪਜਾਮਾ ਗੋਡੇ ਤੋਂ ਪਾਟਿਆ ਹੋਇਆ ਸੀਗਾ ਦੇਖੋ ਸਾਡੇ ਸਿੱਖਾਂ ਦੀ ਸਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਤੇ ਗਾ ਰਿਹਾ ਸਾਡਾ ਢਾਡੀ ਦੁਨੀਆਂ ਦੇ ਹਰ ਕੋਨੇ ਤੋਂ ਇੱਥੇ ਦੁਨੀਆਂ ਦੇ ਹਰ ਮੱਤ ਦੇ ਬੰਦੇ ਨੇ ਆ ਕੇ ਇੱਥੇ ਸੁਣਨਾ ਬਹਿਣਾ ਤੇ ਕੀ ਕਹੂਗਾ ਵੀ ਮੈਂ ਸਿੱਖਾਂ ਦੇ ਅਕਾਲ ਤਖ਼ਤ ਤੇ ਉਹਨਾਂ ਦੇ ਪ੍ਰਚਾਰਕ ਦੇਖੇ ਜਿਹਨਾਂ ਦੇ ਪਜਾਮੇ ਗੋਡਿਆਂ ਤੋਂ ਪਾਟੇ ਗਏ ਜਿਹਨਾਂ ਕੋਲ ਪਾਉਣ ਨੂੰ ਬਸਤਰ ਨਹੀਂ ਹੈ ਗੁਰਮੁਖ ਪਿਆਰਿਓ ਖਿਆਲ ਗ੍ਰੰਥੀ ਸਿੰਘਾਂ ਨੇ ਗੁਰੂ ਮਹਾਰਾਜ ਦੀ ਸੇਵਾ ਉਹਨਾਂ ਨੂੰ ਕੋਈ ਫਿਕਰ ਨਾ ਉਹ ਨਿਰਲਾਲਚ ਹੋਣ ਸਵਾਰਥ ਰਹਿਤ ਹੋਣ ਪਰ ਉਹਨਾਂ ਦਾ ਖਰਚਾ ਉਹਨਾਂ ਦੇ ਪਰਿਵਾਰ ਦਾ ਉਪਜੀਵਕਾ ਦਾ ਅਸੀਂ ਰੱਖੀਏ ਤੇ ਫਿਰ ਦੇਖੋ ਕੌਮ ਦੀ ਚੜ੍ਹਦੀ ਕਲਾ ਗੁਰਦੁਆਰਿਆਂ ਤੇ ਕਰੋੜਾਂ ਰੁਪਈਏ ਗ੍ਰੰਥੀ ਸਿੰਘ ਨੂੰ ਕਿਹਨੇ ਫਾਹੀ ਲਾ ਦੇਣਾ ਇਹ ਕਿਤੇ ਲੰਗਰ ਚੋਂ ਲੈ ਕੇ ਦੁੱਧ ਘੁੱਟ ਵੀ ਨਾ ਭੇਜੇ ਫਿਰ ਸਿੱਖੀ ਦਾ ਪ੍ਰਚਾਰ ਕਿਵੇਂ ਗੁਰਮੁਖ ਪਿਆਰੇ ਇਸ ਪਾਸੇ ਸਾਨੂੰ ਖਿਆਲ ਕਰਨਾ ਪਊ ਜੇ ਅਸੀਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਇਹ ਕਿਤੋਂ ਬਾਹਰੋਂ ਆ ਕੇ ਨਹੀਂ ਹੋਣੀ ਇੱਥੋਂ ਹੀ ਸਾਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਦੇਖਣਾ ਪਊ ਸਿਧਾਂਤਾਂ ਨੂੰ ਦੇਖਣਾ ਪਊਗਾ ਅਦਮੀ ਪਖੰਡੀ ਐਵੇਂ ਨਹੀਂ ਵੱਧਦੇ ਜਾਂਦੇ ਆਏ ਦਿਨ ਉਹਨਾਂ ਦੇ ਜਾ ਕੇ ਦੇਖੋ ਅਰਬਾਂ ਖਰਬਾਂ ਰੁਪਈਆ ਗੁਰਮੁਖ ਪਿਆਰਿਓ ਹਜ਼ਾਰਾਂ ਰੁਪਈਆ ਉਹ ਆਪਣੇ ਜਿਹੜੇ ਪ੍ਰਚਾਰਕ ਉਹਨਾਂ ਨੂੰ ਦਿੰਦੇ ਸਾਡਾ ਹਾਲ ਕੀ ਆ
ਅਸੀਂ ਗਾਉਣ ਵਾਲਿਆਂ ਦੇ ਖਾਣਿਆਂ ਦੇ ਦੋ ਦੋ ਚਾਰ ਚਾਰ ਲੱਖ ਲਾ ਦੇਵਾਂਗੇ, ਪਰ ਅਸੀਂ ਗ੍ਰੰਥੀ ਤੇ ਕਥਾ ਤੇ ਗੁਰਮਤਿ ਸਮਾਗਮਾਂ ਤੇ ਖਰਚ ਨਹੀਂ ਕਰਨਾ। ਵਿਰਲੇ ਗੁਰਸਿੱਖ ਆ ਜਿਹੜੇ ਐਸਾ ਸੋਚਦੇ ਆ, ਗਾਉਣ ਵਾਲਿਆਂ ਦੇ ਅਖਾੜਿਆਂ ਤੇ ਵੀ ਕਿੰਨਾ ਕਿੰਨਾ ਰੁਪਈਆ ਲਵਾ ਲਓ। ਬਠਿੰਡੇ ਵਾਲ ਦਾ ਸਾਡੇ ਇੱਕ ਗਾਉਣ ਵਾਲਾ ਸਾਡੇ ਕੋਲ ਆਇਆ, ਪੁਰਾਣੀ ਗੱਲ ਇਹ ਆ, ਹੁਣ ਤੇ ਉਹ ਬਹੁਤ ਅਗਾਂਹ ਲੰਘ ਗਈ ਗੱਲ ਗੁਰਮੁਖ ਪਿਆਰਿਓ। ਉਹ ਕਹਿੰਦਾ ਬਾਬਾ ਜੀ ਇੱਕ ਪ੍ਰੋਗਰਾਮ ਦਾ 80,000 ਰੁਪਈਆ ਖਰਚਾ, 30,000 ਕਹਿੰਦਾ ਮੇਰਾ ਸਾਜੀਆਂ ਤੇ ਗੱਡੀਆਂ ਦੇ ਤੇਲ ਪਾਣੀ ਦਾ ਖਰਚਾ ਨਿਕਲ ਜਾ, 50,000 ਮੈਨੂੰ ਇੱਕ ਸਮਾਗਮ ਦਾ ਬਚਦਾ। ਤੇ ਬਾਬਾ ਜੀ ਇਸ ਮਹੀਨੇ ਦੇ 28 ਖਾੜੇ ਬੋਕੇ ਆ ਮੇਰੇ, ਉਹਦੇ ਦੱਸਣ ਦੀ ਗੱਲ ਆ, ਸਿੱਧਾ 14 ਲੱਖ ਬਚਤ ਇੱਕ ਮਹੀਨੇ ਦੀ। ਅੱਜ ਬਠਿੰਡੇ ਦੇ ਨੇੜੇ ਉਹਨੇ ਇੰਨੇ ਫਾਰਮ ਖਰੀਦ ਲਏ ਆ, ਜ਼ਮੀਨ ਸੈਂਕੜੇ ਏਕੜ ਜ਼ਮੀਨ ਖਰੀਦ ਲਈ ਇੱਕ ਗਾਉਣ ਵਾਲੇ ਨੇ, ਜਿਹੜੇ ਧੀਆਂ ਭੈਣਾਂ ਦੇ ਗਾਣੇ ਸਾਨੂੰ ਗਾਣੇ ਹੀ ਕੱਢਦੇ ਆ, ਸੱਭਿਆਚਾਰ ਦੇ ਗਾਣੇ ਗਾ ਕੇ। ਤੇ ਅਸੀਂ ਕੀ ਕਰਦੇ ਆ, ਪੀ ਕੇ ਸ਼ਰਾਬਾਂ ਉੱਤੇ 500-500 ਦੇ 1,000-1,000 ਦੇ ਨੋਟ ਵਾਰੀ ਜਾਂਦੇ ਆ, ਗਾਉਣ ਵਾਲਿਆਂ ਤੇ ਅਖਾੜਿਆਂ ਸੱਭਿਆਚਾਰ ਤੇ। ਤੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਦੇ ਵਿਚਾਰੇ ਦੇ ਭਾਵੇਂ ਕੱਪੜੇ ਜਵਾਕਾਂ ਦੇ ਨਾ ਹੋਣ, ਪਾਟੇ ਹੋਣ, ਸਾਡਾ ਇਸ ਪਾਸੇ ਖਿਆਲ ਹੀ ਨਹੀਂ। ਗੁਰਮੁਖੋ ਜੇ ਸਿੱਖੀ ਦੇ ਪ੍ਰਚਾਰ ਦੀ ਗੱਲ, ਸਾਨੂੰ ਇਸ ਪਾਸੇ ਸੋਚਣਾ ਪਵੇਗਾ, ਜਿੱਥੇ ਗੁਰੂ ਦਾ ਅਦਬ ਤੇ ਸਤਿਕਾਰ ਉੱਥੇ ਗ੍ਰੰਥੀ ਸਿੰਘ ਪ੍ਰਚਾਰਕਾਂ ਦੇ ਅਦਬ ਤੇ ਸਤਿਕਾਰ ਦੀ ਗੱਲ। ਤੇ ਖਿਆਲ ਕਰਿਓ ਗੁਰੂ ਕੇ ਗ੍ਰੰਥੀ ਵੀ ਜਿਹੜੇ ਗੁਰੂ ਦਾ ਆਦਮ ਸਤਿਕਾਰ, ਚਾਹੇ ਕੋਈ ਪ੍ਰਚਾਰਕ ਰਾਗੀ ਢਾਡੀ ਕਥਾ ਵਾਚਕ ਕੀਰਤਨੀ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਆਦਮ ਸਤਿਕਾਰ ਨੂੰ ਮੁੱਖ ਰੱਖੇਗਾ ਨਾ, ਉਹਦਾ ਸਤਿਕਾਰ ਆਪਣੇ ਆਪ ਸਤਿਗੁਰ ਸੱਜੇ ਪਾਤਸ਼ਾਹ ਜਨ ਨਾਨਕ ਸਤਿਗੁਰ ਪੂਜੇ ਆ, ਤਿੰਨ ਹਰ ਪੂਜ ਕਰਾਵਾ। ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ।